ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਇੱਕ ਮਾਰੇ ਹੈ ਲਓ ਸੁਖਮਨ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਇੱਕ ਮੇਰਾ ਵੀਰ ਵੀਰਪੁਰੀ ਅੱਗੇ ਸੁਖਮਨ ਆ ਫੜੋ ਯਾਰ ਆ ਫੜੋ ਯਾਰ ਫੜੋ ਯਾਰ ਆ ਕੀ ਕੋਈ ਗੱਲ ਹੈ ਇਹ ਚੰਗੀ ਗੱਲ ਨਹੀਂ ਮੇਰੇ ਵੀਰ ਤੁਸੀਂ ਜਿਹੜੀ ਡਿਊਟੀ ਹੈ ਗਰਾਊਂਡ ਤੋਂ ਬਾਹਰ ਕਰ ਦਿਓ ਆ ਯਾਰ ਗਰਾਊਂਡ ਚ ਆਈ ਜਾਂਦੇ ਨੇ ਆ ਦੱਸੋ ਏਡੇ ਏਡੇ ਮੱਲ ਭਿੜਦੇ ਆ 60 ਫੁੱਟ ਲੱਗ ਗਈ ਬਾਜੀ ਇੱਕ ਮਿੰਟ ਸਾਦ ਅਸੀਂ ਕੋਈ ਇੱਕ ਮਿੰਟ ਅਸੀਂ ਕਮੇਟੀ ਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਪਲੇਅਰ ਹਾਂ ਸਾਡੇ ਲਈ ਗੁਰਦੁਆਰਾ ਹੁੰਦਾ ਅੱਧੀ ਕਮੇਟੀ ਤੇ ਅੱਧੀ ਕੇ ਜਦ ਦੀ ਜਾ ਕਮੇਟੀ ਦਾਰੂ ਪੀਤੀ ਤੁਹਾਡੀ ਵਿੱਚੇ ਤੁਸੀਂ ਫਿਰਦੇ ਦਾਰੂ ਪੀ ਕੇ ਆ ਹੁਣ ਵਿੱਚ ਬੰਦਾ ਫਿਰਦਾ ਸਾਡੀ ਪੁਲਿਸ ਕਿੱਥੇ ਹੈ ਪੰਜਾਬ ਪੁਲਿਸ ਕੋਈ ਕਿਸੇ ਪਲੇਅਰ ਨੂੰ ਮੇਜਰ ਇੰਜਰੀ ਆ ਗਈ ਪਿੰਡ ਚੋਂ ਕਿਸੇ ਨੇ 10 ਰੁਪਏ ਨਹੀਂ ਦੇਣੇ ਉਹਨੂੰ ਸਾਰਾ ਆਪ ਖਰਚਾ ਕਰਨਾ ਇੰਜਰੀ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਜਿੰਨੀ ਬੰਦੇ ਦਾਰੂ ਪੀਤੀ ਫਿਰਦੇ ਆ ਬਿਲਕੁਲ ਸਹੀ ਗੱਲ ਆ ਭਰਾ ਬਿਲਕੁਲ ਸਹੀ ਗੱਲ ਹੈ ਯਾਰ ਆਪ ਦੀ ਗੱਲ ਹੈ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕੋਈ ਬੰਦਾ ਮਰ ਗਿਆ ਜੇ ਕਿਸੇ ਦੀ ਫੇਟ ਲੱਗ ਕੇ ਕਿਸੇ ਖਿਡਾਰੀ ਖਿਡਾਰੀ ਦੇ ਵਿੱਚ ਜਾਨ ਪਤਾ ਕਿੰਨੀ ਹੁੰਦੀ ਹੈ ਕੋਈ ਕਮਜ਼ੋਰ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਕਬੱਡੀ ਟ੍ਰੈਂਡ ਅਤੇ ਵੀਡੀਓ ਸ਼ੇਅਰ ਕਰੋ।